ਇਹ ਵਾਲਾ ਕੋਈ ਰਾਜੇ ਮਹਾਰਾਜੇ ਦਾ ਕਿਲਾ ਨਹੀਂ ਹੈ ਤੇ ਨਾ ਹੀ ਕੋਈ ਜੰਗ ਦੇ ਵਿੱਚ ਇਸਤੇਮਾਲ ਕਰਨ ਵਾਲਾ ਬੰਕਰ ਹੈ। ਬਣਿਆ ਹੋਇਆ ਵੀ ਰੇਤ ਦੇ ਟਿੱਬਿਆਂ 'ਚ ਇਹ ਹੈ ਖੂਹ। ਖੂਹ ਉਹ ਵੀ ਖੂਹ ਧਰਤੀ ਦੇ ਥੱਲੇ ਹੁੰਦੇ ਆ ਨਾ, ਇਹ ਧਰਤੀ ਦੇ ਥੱਲੇ ਨਹੀਂ ਹੈ, ਇਹ ਹੈਗਾ ਧਰਤੀ ਦੇ ਉੱਤੇ। ਕਿੱਥੇ ਬਣਿਆ ਹੋਇਆ ਇਹ ਖੂਹ? ਧਰਤੀ ਦੇ ਉੱਤੇ ਆਇਆ ਕਿਵੇਂ? ਅਜੂਬਾ ਜਿਹਾ ਲੱਗਦਾ। ਤਾਂ ਖੋਜ ਕਰਦੇ ਹਾਂ ਧਰਤੀ ਦੇ ਉੱਪਰ ਵਾਲੇ ਇਸ ਖੂਹ ਦੀ। ਅਗਰ ਇੱਧਰੋਂ ਦੇਖੀਏ ਤਾਂ ਉਹ ਪਿੰਡ ਤੋਂ ਪੂਰੀ ਉੱਪਰ ਚੁਬਾਰੇ ਦੇ ਚੜ੍ਹ ਕੇ ਜਾਤ ਮਾਰੀਏ ਨਾ, ਤਾਂ ਇਹ ਉੱਪਰ ਆਉਂਦੇ ਆਉਂਦੇ ਬਹੁਤ ਉੱਚਾਈ ਤੱਕ ਆ ਗਏ ਹਾਂ, ਤਾਂ ਉਸ ਤੋਂ ਅੱਗੇ ਉਹ ਚੀਜ਼ ਨਜ਼ਰ ਆਉਂਦੀ ਹੈ। ਇੱਥੋਂ ਵੀ ਨਜ਼ਰ ਆ ਰਹੀ ਹੈ। ਥੋੜ੍ਹਾ ਜਿਹਾ ਹੋਰ ਅੱਗੇ ਚੱਲਾਂਗੇ, ਆ ਜਾਓ, ਥੋੜ੍ਹਾ ਜਿਹਾ ਹੋਰ ਥੋੜ੍ਹੀ ਜਿਹੀ ਹੋਰ ਵਾਟ ਕਰ ਲਈਏ, ਕੋਈ ਜ਼ਿਆਦਾ ਦੂਰ ਨਹੀਂ ਹੈ, ਕਿਉਂਕਿ ਬੜੀ ਵਧੀਆ ਚੀਜ਼ ਹੈ ਇਸ ਇਲਾਕੇ ਦੇ ਵਿੱਚ ਇਹ ਬਣੀ ਹੋਈ। ਮਤਲਬ ਇੱਕ ਅਜੂਬਾ ਜਿਹਾ ਤਾਂ ਦੇਖਣਾ ਵੀ ਬੜਾ ਜ਼ਰੂਰੀ ਹੈ, ਤਾਂ ਮੇਰਾ ਵੀ ਦਿਲ ਕਰਦਾ ਕਿ ਮੈਂ ਦਰਸ਼ਕਾਂ ਨੂੰ ਦਿਖਾਵਾਂ ਆਸੇ ਪਾਸੇ ਦੇ ਖੇਤ ਵਗੈਰਾ, ਅਤੇ ਉਹ ਨੀਵੇਂ ਹੈ, ਇਹ ਇਲਾਕਾ ਵੀ ਹੋਰ ਜ਼ਿਆਦਾ ਨੀਵਾਂ ਹੋ ਗਿਆ, ਤਾਂ ਉਹ ਇਲਾਕੇ ਦੇ ਵੱਲ ਚੱਲਦੇ ਹਾਂ, ਥੋੜ੍ਹਾ ਜਿਹਾ ਹੋਰ ਕਦਮ ਪੁੱਟ ਲਈਏ। ਆ ਜਾਓ ਫਿਰ ਅੱਗੇ ਦੇਖ ਲਈਏ ਉਹ ਇਤਿਹਾਸਿਕ ਹੈ ਜਾਂ ਕੀ ਚੀਜ਼ ਹੈ, ਕੀ ਖਾਸੀਅਤ ਹੈ ਉਹਦੇ ਵਿੱਚ। ਆ ਜਾਓ ਇਹ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਕਿਸੇ ਰਾਜੇ ਮਹਾਰਾਜੇ ਦਾ ਕਿਲਾ ਨਹੀਂ ਹੈ। ਇਹ ਕੀ ਚੀਜ਼ ਹੋ ਸਕਦੀ ਹੈ ਤੁਸੀਂ ਸੋਚ ਕੇ ਦੱਸੋ, ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਇਹ ਕੀ ਚੀਜ਼ ਹੈ, ਅਤੇ ਇਹ ਕਿਵੇਂ ਬਣੀ ਹੈ, ਇੱਥੇ ਕਦੋਂ ਦੀ ਬਣੀ ਹੋਈ ਹੈ, ਉਹ ਪੂਰੀ ਚੀਜ਼ ਦਿਖਾਵਾਂਗੇ। ਥੋੜ੍ਹਾ ਜਿਹਾ ਚੱਲੀਏ ਦੇਖਦੇ ਹਾਂ, ਤਾਂ ਆ ਜਾਓ ਮੇਰੇ ਨਾਲ ਦੇਖਦੇ ਹਾਂ। ਇਹ ਇੱਕ ਇਸ ਧਰਤੀ ਦਾ ਅਜੂਬਾ ਹੀ ਕਹਿ ਸਕਦੇ ਹਾਂ, ਇਹ ਇਸ ਇਲਾਕੇ ਦੇ ਵਿੱਚ ਬਣਿਆ ਹੋਇਆ। ਪੂਰੀ ਚੀਜ਼ ਤੁਹਾਨੂੰ ਦਿਖਾਵਾਂਗੇ, ਤਾਂ ਦੋਸਤੋ ਆ ਜਾਓ ਇਹ ਦੇਖਦੇ ਹਾਂ, ਅਤੇ ਇਹ ਨੀਚੋਂ ਵੀ ਦੇਖਾਂਗੇ। ਧਰਤੀ ਤੋਂ ਪਹਿਲੇ ਦੇਖ ਲਓ ਕਿ ਇਹ ਇੱਥੋਂ ਨਜ਼ਰ ਆ ਰਿਹਾ ਕਿ 30-35 ਫੁੱਟ ਦੇ ਕਰੀਬ ਹੋਏਗਾ ਉੱਚਾ। ਇਹਦੇ ਉੱਪਰ ਕੀ ਆ, ਹੋਰ ਕੀ ਬਣਿਆ ਹੋਇਆ ਜਾਂ ਵਿੱਚ ਕੀ ਆ, ਉਹ ਸਾਰੀ ਚੀਜ਼ 'ਤੇ ਜਾਤ ਮਾਰਾਂਗੇ ਪੂਰੀ ਬਰੀਕੀ ਦੇ ਨਾਲ, ਅਤੇ ਇਹ ਵੀ ਦੱਸਾਂਗੇ ਕਿ ਇਹ ਚੀਜ਼ ਕੀ ਹੈ, ਕਿੱਦਾਂ ਬਣੀ ਹੈ, ਕਦੋਂ ਦੀ ਹੈਗੀ ਹੈ, ਅਤੇ ਅੱਜ ਇਹ ਕਿਵੇਂ ਨਜ਼ਰ ਆ ਰਹੀ ਹੈ। ਦੇਖੋ ਇਸ ਟਾਈਮ 'ਤੇ ਮੈਂ ਜਿੱਥੇ ਖੜ੍ਹਾ, ਮੇਰੇ ਤੋਂ ਤਕਰੀਬਨ 40 ਫੁੱਟ ਉੱਚੀ ਉਹ ਤੁਹਾਨੂੰ ਦਰਖਤ ਨਜ਼ਰ ਆ ਰਿਹਾ ਹੈ ਨਾ, ਇਹ ਵਾਲਾ ਤੁਹਾਨੂੰ ਇੱਕ ਅਜੂਬਾ ਹੀ ਹੈ, ਸਮਝ ਲਓ ਵੀ ਅਜੂਬਾ, ਹੁਣ ਅਜੂਬਾ ਲੱਗਦਾ ਪਰ ਅੱਗੇ ਤਾਂ ਅਜੂਬਾ ਨਹੀਂ ਸੀਗਾ। ਉਹਦੇ ਕਾਰਨ ਕੀ ਨੇ, ਉਸ ਧਰਤੀ ਦੇ ਉੱਪਰ ਕਿਵੇਂ ਆ ਗਿਆ ਖੂਹ, ਇਹ ਵਾਲੀ ਗੱਲ ਤੁਸੀਂ ਦੇਖੋ, ਗੌਰ ਦੇ ਨਾਲ ਦੇਖੋ, ਮੈਂ ਤੁਹਾਨੂੰ ਦਿਖਾਉਣਾ ਥੋੜ੍ਹਾ ਜਿਹਾ। ਆ ਜਾਓ ਮੇਰੇ ਨਾਲ, ਇਹ ਇਸ ਸਾਈਡ 'ਤੇ ਹੋਰ ਅੱਗੇ ਆ ਕੇ ਇਹ ਵਾਲਾ, ਇਹ ਦੇਖੋ ਇੱਥੋਂ ਧਰਤੀ ਸ਼ੁਰੂ ਹੁੰਦੀ ਪਈ ਹੈ। ਅਗਰ ਆਪਾਂ ਇੱਦਾਂ ਉੱਪਰ ਚਲੇ ਜਾਈਏ ਤਾਂ ਤਕਰੀਬਨ ਤੁਸੀਂ ਨਜ਼ਰ ਮਾਰੋ, ਇੱਟਾਂ ਨਜ਼ਰ ਆ ਰਹੀਆਂ, ਪੂਰਾ ਦਿਖਾਵਾਂਗੇ ਤੁਹਾਨੂੰ ਇਹਦਾ ਕਾਰਨ ਕੀ ਹੈ, ਇਹ ਖੂਹ ਕਿਵੇਂ ਬਣਿਆ ਉਹ ਦਿਖਾਉਂਦੇ ਆ ਤੁਹਾਨੂੰ। ਤਾਂ ਆਓ ਥੋੜ੍ਹਾ ਜਿਹਾ ਇਹਦੇ 'ਤੇ ਜਾਤ ਮਾਰ ਹੀ ਲਈਏ। ਇਹ ਵਾਲੀਆਂ ਇੱਟਾਂ ਦੇਖੋ, ਗੋਲ ਗੁਲਾਈ ਦੇ ਵਿੱਚ, ਗੁਲਾਈ ਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਵੀ ਇਹ ਖੂਹ ਹੈ। ਉੱਪਰ ਜਾਤ ਮਾਰਦੇ ਚਲੀਏ ਤਾਂ ਦੇਖੋ ਕਿੱਡਾ ਉੱਚਾ ਹੋ ਜਾਂਦਾ ਇਹ, ਜਦੋਂ ਕਿ ਧਰਤੀ ਦੇ ਵਿੱਚ ਖੂਹ ਹੁੰਦੇ ਨੇ। ਇਹ ਤਾਂ ਉੱਪਰ 30 ਫੁੱਟ ਤਾਂ ਤਕਰੀਬਨ ਉੱਪਰ ਹੈਗਾ ਹੀ ਹੈਗਾ ਨਾ, ਅਤੇ 30 ਫੁੱਟ ਤਾਂ ਉੱਪਰ ਹੈ, ਅਤੇ ਥੱਲੇ ਕਿੰਨਾ ਹੋਣਾ, ਕਿਉਂਕਿ ਥੱਲੇ ਵੀ ਖੜ੍ਹਾ ਤਾਂ ਕਿਸੇ ਨੀਂਹ 'ਤੇ ਹੀ ਖੜ੍ਹਾ, ਇਹ ਨੀਂਹ 'ਤੇ ਹੀ ਖੜ੍ਹਾ, ਤਾਂ ਇਹ ਧਰਤੀ ਦੇ ਥੱਲੇ ਵੀ ਤਕਰੀਬਨ ਅੰਦਾਜ਼ਾ ਹੀ ਲਗਾ ਲਈਏ ਤਾਂ 10 ਫੀਟ ਤਾਂ ਹੋਏਗਾ ਹੀ ਹੋਏਗਾ ਧਰਤੀ ਦੇ ਥੱਲੇ। ਕੁੱਲ ਮਿਲਾ ਕੇ ਇਹ ਤਕਰੀਬਨ 40 ਫੀਟ ਤੱਕ ਖੂਹ ਬਣ ਜਾਂਦਾ। ਹਾਂਜੀ, ਇਹ ਖੂਹ ਦੇ ਨਾਲ ਮਿੱਟੀ ਦੇ ਵਿੱਚ ਨਾ ਸਾਫ਼, ਦੇਖੋ ਗੌਰ ਦੇ ਨਾਲ, ਇਹ ਵਾਲੀਆਂ ਘੜੇ ਦੇ ਟੁਕੜੇ, ਟੁੱਟੇ ਹੋਏ ਘੜੇ ਦੇ, ਜਿਸ ਨੂੰ ਆਪਾਂ ਅਗਰ, ਕਿਉਂਕਿ ਆਪਣੀ ਮਾਂ ਬੋਲੀ ਹੈ ਪੰਜਾਬੀ, ਤਾਂ ਪੰਜਾਬੀ ਦੇ ਵਿੱਚ ਹੀ ਗੱਲ ਕਰੀਏ ਤਾਂ ਇਸ ਨੂੰ ਬਿਕਰੀਆਂ ਕਹਿ ਦਿੰਦੇ। ਘੜੇ ਦੇ ਜਿਹੜੇ ਛੋਟੇ ਛੋਟੇ ਟੁਕੜੇ ਆ ਉਹ ਵਿੱਚ ਫਸੇ ਹੋਏ ਆ, ਪਰ ਇਹ ਲੱਗਦੇ ਪੁਰਾਣੇ ਨਹੀਂ ਗੇ, ਇਹ ਬਾਅਦ ਦੇ ਹੈਗੇ ਨੇ। ਹੋ ਸਕਦਾ ਉਸ ਵੇਲੇ ਕਿਉਂਕਿ ਕਿਸਾਨ ਹੈਗੇ ਸੀ, ਕਿਸਾਨਾਂ ਨੇ ਮਤਲਬ ਕਿਤੇ ਘੜਾ ਟੁੱਟ ਗਿਆ ਹੋਵੇ ਤਾਂ ਉੱਥੇ ਹੀ ਰੱਖ ਦਿੱਤਾ ਹੋਵੇ, ਤਾਂ ਇਹ ਖੈਰ ਜਿਹੜੀ ਗੱਲ ਆਪਾਂ ਕਰਦੇ ਹਾਂ
एक होर छोटे छोटे सुराख भी नज़र आ रहे हैं। इतों के जो लोगों के नाल गलबात की गई क्योंकि खेत है आसे पासे तो यह लोगों का यह कहना सगा भी इन्होंने सुराख बनाए हुए हैं कीट पतंगों के जड़ा जुड़ा वगैरह या पंछी पुंछी ये आके रह जाते हैं उपर। वैसे जान डर भी लगता फिर भी उपर हो के आए हैं क्योंकि दर्शकों के वास्ते दर्शकों दिखाना जिहड़े सानू प्यार करते हैं उन्होंने यहो जी चीज़ा दिखाने वास्ते थोड़ा बहुत रिस्क भी लेना पैंदा। तो ये गल एदी चल रही सी खूह की इट्टां देख लो इट्टां मोटियां ने ते बैक साइड ते भी है इट ना मतलब दो इट्टी हैगे ने इत्थों जाहिर हुंदा आपां देखिए ना इधरों एक इट तां ऐदा लंबी लगी हुई है एक ऐ लगी हुई है इहदे बैक साइड भी इट है ते नीं दी भी गल दस चुके हां। इत्थे साइड ते इधर थोड़ा जिहा होर देख लीए तां इह वाली चीज़ देखो इत्थों इत्थे नीं हैगी इहदे नीचे नीं है अगर इसनों साफ करके रखा जाए तो इत्थे नीं साफ नज़र आएगी। इट्टां हुण तां खुरदियां जांदियां वह मजबूत बहुत ने फिर भी मजबूत बहुत ने खंगर इट भी लगी हुई है वधिया इट्टां भी लगियां हुई हैं सारा कुछ ये है। तो ये वाला खूह है दोस्तों एक समझ सकते हैं अजूबा ही है। तो इधरों देख लिया गौर दे नाल उपर पहाड़ी टाइप है धरती के उपर तुसी देखिया कदे इस तरह का खूह देखा होएगा तो खदाना दे विच शायद देखा होवे। दरख्तों दी जड़ां भी देख लो अगे उपर भी दरख्त है गया उधर थोड़ा जिहा उधर भी झात मार ली तुर नहीं है छोटे ही है टिब्बा वैसे वो वाले उपर दरख्त उग गए ने पाइपा वगैरह उधर पुराने वक्त दी कुछ पईयां होईयां ने। ये देखो ये हुण तां दरार पै चुके ने आ साफ नज़र आते उपर तक देखते जाइए तो उपर होर वड्डे वड्डे हो जाते हैं साफ उपर तीह फुट दे नज़र जात मार लो तो यह दरार साफ नज़र आते हैं। एक ये दरार है कारण यही है भी साइड तो मिट्टी हट गई है वो वाली मिट्टी हटन तो बाद यह दरारा पईयां। इधर भी देखिए थोड़ा जिहा इधर ये ऐदा ही गुलाई दे विच हैगा पूरा ये वाला इधरों देखो उपर उपर पेड़ है पिप्पल का पेड़ है पिप्पल का उपर पेड़ भी हैगा दरख्त हैगा पिप्पल का वो देखिए तो उहदियां जड़ां देख लो किधर किधर निकलदियां पईयां ने शाखावां जिहड़ियां टाहणियां जिहड़ियां ने वह किधर किधर निकलदियां पईयां किन्ना उच्चा यार यह बनिया किवें है ये जिहड़ी मिट्टी है या होर की सीगा इत्थे वो वाला गल कर लईए। ये मिट्टी नज़र आ रही है पर असल दे विच इत्थे है किसी वो वाली गल भी दसांगे तुहानूं पर पहला थोड़ा जिहा उपर देख लीए उपर की है उपरों किस तरह नज़र आता है आ जाओ फिर उपर वाल नूं चलदे आ। इत्थों उपर आ गए वो देख लीए तो आ दरख्त दे विच्चों तुसी दूर तक जात मारो सारा ए प्लेन दूर तक देखे ना तो सारा जिहड़ा इलाका है फसलां दे नाल हुण तां आबाद हो चुका है। इधर गंजवस्ता वाली साइड ते भी दूर तक मतलब कणक दी फसल दी वाढी हो चुकी है मुकम्मल काम हो चुका है देख लो कित्थे खड़े हैं पुल तो साफ नज़र आ रहा है कि किन्ना उच्चा यह खूह हैगा। तो दरखत दियाँ जिहड़े विच जड़ां निकलियां हुई टहनियां वो किन्नियां खिलरियां हुई ने यह सारा उपर तो नज़र आता है। एक आ चीज़ देख लो इत्थे एक समाध बनाई हुई है पर यह हैगी बाद च बनी है ये क्लीयर है कि बाद च यह समाध बनी है। तो होर देखिए चलो फिर उत्थे थले आके उत्थे कुछ जानकारी होर देखते हैं खोजते हैं। हाँ ये देख लिया उपर की सीगा ते हुण नीचे आके फिर तुहानू देखदे दसदे हाँ कि इस दे धरती दे उपर आन दा कारण की है धरती दे उपर यह किवें आया। गल दरअसल ये है कि जिथे असी खड़े हाँ यह फाजिलका शहर का इलाका इधर पिंड है बादा
और इस दूसरी साइड पर गंजू अस्ता पिंड है, इधर म्याणी बस्ती यह पिंड ने, अगे होर भी आसे पासे पिंड ने। अगर इधर दूर थोड़ा जाइए तो गंजू अपने शलेम शाह नवा शलेम शाह पिंड भी आते हैं। तो यह है इत्थे पहले सतलुज दरिया वगदा सी, पुराने वक्त की गल है। फिर की होया कि दरिया सुंगड़ गया तो लोग इत्थे आबाद हो गए। इधर एक फाट रह गई जिहड़ी बाधा झील बन गई, उसका नाम बड़ा मशहूर रहा बाधा झील। वो खैर बाधा झील की गल चल ही पई है तो थोड़ी जी वो भी गल दस दें कि बाधा झील के किनारे ही बंगला आबाद किया सीगा बरतानिया हुकूमत के अधिकारी पैट्रिक अलैगजेंडर वंस एग्न्यू ने। उत्थे एक बंगला बनाया सीगा 1844 दे। तो गल आप यही करते हैं कि रेत दी खदाना सीगियां जिहड़ियां मैं गल कर चुकिया, क्योंकि एरिया सतलुज दरियाई दा एरिया सीगा ते इत्थे खदाना आ उपर देख लो उधर खदाना साफ नज़र आ रही ने। यह भी कारण यह है तो इतों जी रेत सीगी खदाना दे विच्चों, रेत खदाना दे विच्चों, रेत खदाना दे विच्चों रेत चक ली गई तो बाकी ये खूह छड़ दिता गया, क्योंकि इटा का बनया किसी काम का नहीं है तो खतरा भी हैगा जे इसनू इधर गिराते हैं तो कोई नुकसान हो सकता। उपर दरख्त भी है, उपर एक समाधि भी बनी हुई है। ये नहीं पता भी वो मैं वो लगता भी वो पार्टीशन तो बाद दी है, क्योंकि नवी समस्या बनी है कुछ सालों के बीच ही। तो इतों रेत चक्कन तो बाद यह जिहड़ा खूह बन गया, खूह उपर धरती दे आ गया। हैगी एक अजीब ही गल है भी ये धरती दे उपर खूह, मेरे ख्याल है तुसी शायद ना देखा होवे किते, जे होया भी होवे तां दोस्तों जरूर दसना कि इस तरह के खूह जिहड़े धरती दे उपर हैगे ने ओ वाले तुसी देखे है कि नहीं देखे। तो यह एक इस इलाके दे विच अजूबा ही समझ सकते हैं। तो दोस्तों मिलते रहेंगे तुहानू होर ही नवीं एहो जिहियां हैरानीजनक ते इतिहासिक चीज़ां दे नाल। हुण दिओ इजाजत, धन्नवाद, शुक्रिया।